ਇਸ ਵਕਤ ਪੂਰੇ ਉੱਤਰੀ ਭਾਰਤ ਨੂੰ ਕੋਹਰੇ ਨੇ ਆਪਣੀ ਚਾਦਰ ਵਿੱਚ ਲਪੇਟਿਆ ਹੋਇਆ ਹੈ। ਜੇ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਵਿੱਚ ਪਿਛਲੇ 2 ਦਿਨਾਂ ਤੋਂ ਲਗਾਤਾਰ ਧੁੰਦ ਦਾ ਕਹਿਰ ਜਾਰੀ ਹੈ ਔਰ ਵਿਜ਼ੀਬਿਲਟੀ ਦੀ ਗੱਲ ਕਰੀਏ ਤਾਂ ਮਹਿਜ 5 ਮੀਟਰ ਦੀ ਵਿਜ਼ੀਬਿਲਟੀ ਦੇ ਚੱਲਦੇ ਆਉਣ ਜਾਣ ਵਾਲੇ ਵਾਹਨਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਵਕਤ ਤਸਵੀਰਾਂ ਤੁਹਾਨੂੰ ਨੈਸ਼ਨਲ ਹਾਈਵੇ 54 ਦੀਆਂ ਦਿਖਾ ਰਹੇ ਹਾਂ ਕਿ ਜਿੱਥੇ ਵਾਹਨਾਂ ਦੀ ਰਫ਼ਤਾਰ ਨੂੰ ਕਾਫ਼ੀ ਹੱਦ ਤੱਕ ਬ੍ਰੇਕ ਲੱਗੀ ਹੋਈ ਹੈ ਔਰ ਜਿਹੜੇ ਵਾਹਨ ਦੂਰੋਂ ਦੁਰਾਡੇ ਚੱਲ ਕੇ ਆਉਂਦੇ ਨੇ ਜਾਂ ਜਿਨ੍ਹਾਂ ਨੂੰ ਲੰਬਾ ਸਫ਼ਰ ਕਰਨਾ ਹੁੰਦਾ ਹੈ ਉਹਨਾਂ ਵਾਹਨਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਮਹਿਜ਼ ਵਿਜ਼ੀਬਿਲਟੀ 5 ਕਿਲੋਮੀਟਰ ਦੇ ਹੋਣ ਦੇ ਚੱਲਦੇ ਕੁਝ ਵੀ ਜਿਹੜਾ ਸੜਕਾਂ 'ਤੇ ਦਿਖਾਈ ਨਹੀਂ ਦੇ ਰਿਹਾ। ਉਹ ਲੋਕਾਂ ਨੂੰ ਧੁੰਦ ਦਾ ਕਹਿਰ ਦਾ ਜਿਹੜਾ ਤਾਪ ਹੈ ਉਹ ਚੱਲਣਾ ਪੈ ਰਿਹਾ। ਦੂਜੇ ਪਾਸੇ ਗੱਲ ਕਰੀਏ ਤਾਂ ਸਕੂਲੀ ਬੱਚਿਆਂ ਨੂੰ ਵੱਡੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇਸ ਵਕਤ ਜੇ ਗੱਲ ਕਰੀਏ ਤਾਂ ਧੁੰਦ ਦਾ ਇੰਨਾ ਸੰਘਣੀ ਧੁੰਦ ਦੇ ਹੋਣ ਦੇ ਚੱਲਦੇ ਜਿਹੜੀਆਂ ਸਕੂਲੀ ਵੈਨਾਂ ਨੇ ਉਹ ਕਾਫ਼ੀ ਲੇਟ ਜਿਹੜੀਆਂ ਸਕੂਲਾਂ ਤੱਕ ਪਹੁੰਚ ਰਹੀਆਂ ਨੇ ਔਰ ਬੱਚਿਆਂ ਨੂੰ ਕਾਫੀਆਂ ਇਸ ਤੋਂ ਲੈ ਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਔਰ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਵੀ ਇਸ ਵਕਤ ਫਰੀਦਕੋਟ ਵਿੱਚ ਕਾਫ਼ੀ ਹੱਦ ਤੱਕ ਥੱਲੇ ਜਾ ਗਿਆ ਜਿਸ ਦੇ ਚੱਲਦੇ ਸਰਦੀ ਦਾ ਕਹਿਰ ਵੀ ਜਿਹੜਾ ਦੇਖਣ ਨੂੰ ਮਿਲ ਰਿਹਾ। ਕੁਝ ਲੋਕ ਇੱਥੇ ਹਾਈਵੇ 'ਤੇ ਜਿਹੜਾ ਸਫ਼ਰ ਕਰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਕਤ ਜਿਹੜੀ ਧੁੰਦ ਦਾ ਕਹਿਰ ਹੈ ਕਿੰਨਾ ਕੁ ਉਹਨਾਂ ਨੂੰ ਸੰਤਾਪ ਚੱਲਣਾ ਪੈ ਰਿਹਾ ਜਾਂ ਮੱਧਮ ਜਿਹੜੀ ਹੈ ਕਿਸ ਤਰ੍ਹਾਂ ਘਟ ਰਹੀ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਔਰ ਇਲਾਕਾ ਜਾਣਨ ਦੀ ਕੋਸ਼ਿਸ਼ ਕਰਾਂਗੇ। ਬਾਈ ਜੀ ਤੁਸੀਂ ਕਿੱਥੋਂ ਆਏ ਹੋ ਔਰ ਕਿੱਥੇ ਜਾਣਾ ਸੀਗਾ? ਅਸੀਂ ਤਾਂ ਵੀਰੇ ਮੋਹਾਲੀ 'ਤੇ ਆਏ। ਜਿਸ ਤਰ੍ਹਾਂ ਧੁੰਦ ਲਗਾਤਾਰ ਪੈ ਰਹੀ ਹੈ ਔਰ ਸੰਘਣੀ ਧੁੰਦ ਪੈ ਰਹੀ ਉਸ ਨੂੰ ਲੈ ਕੇ ਆਹ ਦੇਖੋ ਮੈਂ ਬੰਨਦਾ ਹੱਥ, ਇਹ ਧੁੰਦ ਨੇ ਤਾਂ ਇੰਨੇ ਦੁਖੀ ਕਰ ਦੇਣਾ, ਇੰਨੇ ਖਤਮ ਕਰਤੀ ਦੁਨੀਆ, ਗੱਲ ਛੱਡ ਦਿਓ ਕਿਆ ਕਰੀਏ ਕਿਆ ਨਾ। ਕਦੋਂ ਤੁਸੀਂ ਚੱਲੇ ਸੀ ਔਰ ਕਦੋਂ ਪਹੁੰਚਣਾ ਸੀ, ਕਿੰਨੀ ਦੇਰੀ ਹੋ ਗਈ? ਆਹ ਅਸੀਂ ਗੋਨੇਆੜੇ 'ਤੇ ਚੱਲੇ ਹਾਂ ਜੀ, ਇੰਨੀ ਧੁੰਦ ਆ ਗੱਲ ਛੱਡ ਦਿਓ ਕੁਛ ਨਹੀਂ ਦਿਖ। ਕਿੰਨੇ ਵਜੇ ਤੁਰੇ ਸੀ? 6 ਵਜੇ 'ਤੇ ਚੱਲੇ ਵੇ। ਫਰੀਦਕੋਟ ਕਿੰਨੀ ਦੇਰ ਤੱਕ ਪਹੁੰਚੇ ਹੋ? ਹਾਂਜੀ ਕਿੰਨਾ ਸਫ਼ਰ ਔਰ ਕਿੰਨੀ ਦੇਰ ਲਾ ਕੇ ਤੁਸੀਂ ਇੱਥੇ? ਆਹ ਤੁਸੀਂ ਦੇਖ ਲਓ ਟਾਈਮ ਕਿਆ ਹੋ ਗਿਆ, ਕਿੰਨਾ ਕੁ ਸਫ਼ਰ ਅਸਾਂ ਵੀ ਘੰਟੇ ਦਾ ਸਫ਼ਰ ਨਹੀਂ ਹੈਗਾ ਜਿਹੜਾ, ਅਸੀਂ 2-2.5 ਘੰਟੇ ਹੋ ਗਏ ਸਾਨੂੰ ਫੁੱਟ। ਤਾਂ ਬਿਲਕੁਲ ਲਗਾਤਾਰ ਜਿਹੜਾ ਧੁੰਦ ਦਾ ਕਹਿਰ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਵਾਹਨ ਹੈ ਉਹ ਕਾਫ਼ੀ ਉਹਨਾਂ ਦੀ ਰਫ਼ਤਾਰ ਘੱਟ ਗਈ ਹੈ ਔਰ ਜਿਹੜਾ ਮਹਿਜ਼ ਅੱਧੇ ਜਾਂ 1.25 ਘੰਟੇ ਦਾ ਸਫ਼ਰ ਸੀ ਉਹਨਾਂ 2 ਘੰਟਿਆਂ ਦੇ ਵਿੱਚ ਪੂਰਨਾ ਕਰਨਾ ਪੈ ਰਿਹਾ। ਫਰੀਦਕੋਟ ਤੋਂ ਨਰੇਸ਼ ਸੇਠੀ, ਨਿਊਜ਼ 18। ਇਸ ਵਕਤ ਪੂਰੇ ਉੱਤਰੀ ਭਾਰਤ ਨੂੰ ਕੋਹਰੇ ਨੇ ਆਪਣੀ ਚਾਦਰ ਵਿੱਚ ਲਪੇਟਿਆ ਹੋਇਆ ਹੈ। ਜੇ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਵਿੱਚ ਪਿਛਲੇ 2 ਦਿਨਾਂ ਤੋਂ ਲਗਾਤਾਰ ਧੁੰਦ ਦਾ ਕਹਿਰ ਜਾਰੀ ਹੈ ਔਰ ਵਿਜ਼ੀਬਿਲਟੀ ਦੀ ਗੱਲ ਕਰੀਏ ਤਾਂ ਮਹਿਜ਼ 5 ਮੀਟਰ ਦੀ ਵਿਜ਼ੀਬਿਲਟੀ ਦੇ ਚੱਲਦੇ ਆਉਣ ਜਾਣ ਵਾਲੇ ਵਾਹਨਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਵਕਤ ਤਸਵੀਰਾਂ ਤੁਹਾਨੂੰ ਨੈਸ਼ਨਲ ਹਾਈਵੇ 54 ਦੀਆਂ ਦਿਖਾ ਰਹੇ ਹਾਂ ਕਿ ਜਿੱਥੇ ਵਾਹਨਾਂ ਦੀ ਰਫ਼ਤਾਰ ਨੂੰ ਕਾਫ਼ੀ ਹੱਦ ਤੱਕ ਬ੍ਰੇਕ ਲੱਗੀ ਹੋਈ ਹੈ ਔਰ ਜਿਹੜੇ ਵਾਹਨ ਦੂਰੋਂ ਦੁਰਾਡੇ ਚੱਲ ਕੇ ਆਉਂਦੇ ਨੇ ਜਾਂ ਜਿਨ੍ਹਾਂ ਨੂੰ ਲੰਬਾ ਸਫ਼ਰ ਕਰਨਾ ਹੁੰਦਾ ਹੈ ਉਹਨਾਂ ਵਾਹਨਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਮਹਿਜ਼ ਵਿਜ਼ੀਬਿਲਟੀ 5 ਕਿਲੋਮੀਟਰ ਦੇ ਹੋਣ ਦੇ ਚੱਲਦੇ ਕੁਝ ਵੀ ਜਿਹੜਾ ਸੜਕਾਂ 'ਤੇ ਦਿਖਾਈ ਨਹੀਂ ਦੇ ਰਿਹਾ। ਉਹ ਲੋਕਾਂ ਨੂੰ ਧੁੰਦ ਦਾ ਕਹਿਰ ਦਾ ਜਿਹੜਾ ਤਾਪ ਹੈ ਉਹ ਚੱਲਣਾ ਪੈ ਰਿਹਾ। ਦੂਜੇ ਪਾਸੇ ਗੱਲ ਕਰੀਏ ਤਾਂ ਸਕੂਲੀ ਬੱਚਿਆਂ ਨੂੰ ਵੱਡੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇਸ ਵਕਤ ਜੇ ਗੱਲ ਕਰੀਏ ਤਾਂ ਧੁੰਦ ਦਾ ਇੰਨਾ ਸੰਘਣੀ ਧੁੰਦ ਦੇ ਹੋਣ ਦੇ ਚੱਲਦੇ ਜਿਹੜੀਆਂ ਸਕੂਲੀ ਵੈਨਾਂ ਨੇ ਉਹ ਕਾਫ਼ੀ ਲੇਟ ਜਿਹੜੀਆਂ ਸਕੂਲਾਂ ਤੱਕ ਪਹੁੰਚ ਰਹੀਆਂ ਨੇ ਔਰ ਬੱਚਿਆਂ ਨੂੰ ਕਾਫ਼ੀਆਂ ਇਸ ਤੋਂ ਲੈ ਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਔਰ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਵੀ ਇਸ ਵਕਤ ਫਰੀਦਕੋਟ ਵਿੱਚ ਕਾਫ਼ੀ ਹੱਦ ਤੱਕ ਥੱਲੇ ਜਾ ਗਿਆ ਜਿਸ ਦੇ ਚੱਲਦੇ ਸਰਦੀ ਦਾ ਕਹਿਰ ਵੀ ਜਿਹੜਾ ਦੇਖਣ ਨੂੰ ਮਿਲ ਰਿਹਾ। ਕੁਝ ਲੋਕ ਇੱਥੇ ਹਾਈਵੇ 'ਤੇ ਜਿਹੜਾ ਸਫ਼ਰ ਕਰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਕਤ ਜਿਹੜੀ ਧੁੰਦ ਦਾ ਕਹਿਰ ਹੈ ਕਿੰਨਾ ਕੁ ਉਹਨਾਂ ਨੂੰ ਸੰਤਾਪ ਚੱਲਣਾ ਪੈ ਰਿਹਾ ਜਾਂ ਮੱਧਮ ਜਿਹੜੀ ਹੈ ਕਿਸ ਤਰ੍ਹਾਂ ਘਟ ਰਹੀ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਔਰ ਇਲਾਕਾ ਜਾਣਨ ਦੀ ਕੋਸ਼ਿਸ਼ ਕਰਾਂਗੇ। ਬਾਈ ਜੀ ਤੁਸੀਂ ਕਿੱਥੋਂ ਆਏ ਹੋ ਔਰ ਕਿੱਥੇ ਜਾਣਾ ਸੀਗਾ? ਅਸੀਂ ਤਾਂ ਵੀਰੇ ਮੋਹਾਲੀ 'ਤੇ ਆਏ। ਜਿਸ ਤਰ੍ਹਾਂ ਧੁੰਦ ਲਗਾਤਾਰ ਪੈ ਰਹੀ ਹੈ ਔਰ ਸੰਘਣੀ ਧੁੰਦ ਪੈ ਰਹੀ ਉਸ ਨੂੰ ਲੈ ਕੇ ਆਹ ਦੇਖੋ ਮੈਂ ਬੰਨਦਾ ਹੱਥ, ਇਹ ਧੁੰਦ ਨੇ ਤਾਂ ਇੰਨੇ ਦੁਖੀ ਕਰ ਦੇਣਾ, ਇੰਨੇ ਖਤਮ ਕਰਤੀ ਦੁਨੀਆ, ਗੱਲ ਛੱਡ ਦਿਓ ਕਿਆ ਕਰੀਏ ਕਿਆ ਨਾ। ਕਦੋਂ ਤੁਸੀਂ ਚੱਲੇ ਸੀ ਔਰ ਕਦੋਂ ਪਹੁੰਚਣਾ ਸੀ, ਕਿੰਨੀ ਦੇਰੀ ਹੋ ਗਈ? ਆਹ ਅਸੀਂ ਗੋਨੇਆੜੇ 'ਤੇ ਚੱਲੇ ਹਾਂ ਜੀ, ਇੰਨੀ ਧੁੰਦ ਆ ਗੱਲ ਛੱਡ ਦਿਓ ਕੁਛ ਨਹੀਂ ਦਿਖ। ਕਿੰਨੇ ਵਜੇ ਤੁਰੇ ਸੀ? 6 ਵਜੇ 'ਤੇ ਚੱਲੇ ਵੇ। ਫਰੀਦਕੋਟ ਕਿੰਨੀ ਦੇਰ ਤੱਕ ਪਹੁੰਚੇ ਹੋ? ਹਾਂਜੀ ਕਿੰਨਾ ਸਫ਼ਰ ਔਰ ਕਿੰਨੀ ਦੇਰ ਲਾ ਕੇ ਤੁਸੀਂ ਇੱਥੇ? ਆਹ ਤੁਸੀਂ ਦੇਖ ਲਓ ਟਾਈਮ ਕਿਆ ਹੋ ਗਿਆ, ਕਿੰਨਾ ਕੁ ਸਫ਼ਰ ਅਸਾਂ ਵੀ ਘੰਟੇ ਦਾ ਸਫ਼ਰ ਨਹੀਂ ਹੈਗਾ ਜਿਹੜਾ, ਅਸੀਂ 2-2.5 ਘੰਟੇ ਹੋ ਗਏ ਸਾਨੂੰ ਫੁੱਟ।
ਤਾਂ ਬਿਲਕੁਲ ਲਗਾਤਾਰ ਜਿਹੜਾ ਧੁੰਦ ਦਾ ਕਹਿਰ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਵਾਹਨ ਹੈ ਉਹ ਕਾਫੀ ਉਹਨਾਂ ਦੀ ਰਫ਼ਤਾਰ ਘੱਟ ਗਈ ਹੈ, ਔਰ ਜਿਹੜਾ ਮਹਿਜ ਅੱਧੇ ਜਾਂ ਪੌਣੇ ਘੰਟੇ ਦਾ ਸਫ਼ਰ ਸੀ ਉਹਨਾਂ ਨੂੰ 2 ਘੰਟਿਆਂ ਦੇ ਵਿੱਚ ਪੂਰਾ ਕਰਨਾ ਪੈ ਰਿਹਾ। ਫਰੀਦਕੋਟ ਤੋਂ ਨਰੇਸ਼ ਸ਼ੈਟੀ।